ਮੋਹਾਲੀ ਪੁਲਿਸ ਨੇ ਓਐਲਐਕਸ ਆਨਲਾਈਨ ਸਮਾਨ ਵੇਚਣ ਵਾਲੇ ਦੋ ਠੱਗਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੋਵਾਂ ਵਿਅਕਤੀਆਂ ਤੇ ਇਲਜ਼ਾਮ ਹੈ ਕਿ ਇਹਨਾਂ ਨੇ ਆਨਲਾਈਨ ਗੱਡੀਆਂ ਮੋਬਾਈਲ ਆਨਲਾਈਨ ਦੇ ਨਾਂ ਤੇ ਬੁਕਿੰਗ ਕਰਦੇ ਅਤੇ ਪੇਮੈਂਟ ਪਵਾ ਕੇ ਠੱਗੀ ਕਰਦੇ ਸਨ। ਇਹਨਾਂ ਵੱਲੋਂ ਮਿਲਟਰੀ ਦੇ ਅਧਿਕਾਰੀਆਂ ਦੇ ਨਕਲੀ ਪਛਾਣ ਪੱਤਰ ਬਣਾ ਕੇ ਇਸ਼ਤਿਹਾਰ ਦੇ ਕੇ ਸਕੂਟੀਆਂ ਕਾਰਾਂ ਮੋਬਾਈਲ ਆਦਿ ਦਾ ਇਸ਼ਤਿਹਾਰ ਦਿੱਤਾ ਜਾਂਦਾ ਸੀ ਅਤੇ ਪੇਟੀਐਮ ਰਾਹੀਂ ਪੇਮੈਂਟ ਪਵਾ ਕੇ ਆਪਣੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਲੈਂਦੇ ਸਨ। ਕਾਬੂ ਕੀਤੇ ਗਏ ਦੋਵੇਂ ਮੁਲਜ਼ਮ ਫਕਰੂਦੀਨ ਅਤੇ ਆਲਮ ਹਨ, ਜੋ ਕਿ ਦੋਵੇਂ ਸ਼ੇਰਗੜ੍ਹ ਯੂਪੀ ਦੇ ਰਹਿਣ ਵਾਲੇ ਨੇ ਅਤੇ ਇਹ ਭੇਸ ਬਦਲ ਬਦਲ ਕੇ ਠੱਗੀਆਂ ਕਰਦੇ ਸਨ, ਜਿਨ੍ਹਾਂ ਵਿੱਚੋਂ ਇੱਕ 6ਵੀਂ ਪਾਸ ਹੈ ਤੇ ਇੱਕ ਅਨਪੜ੍ਹ ਹੈ। ਫਿਰ ਵੀ ਇਹਨਾਂ ਦਾ ਸ਼ਾਤਿਰ ਦਿਮਾਗ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਕਿਉਂਕਿ ਹੁਣ ਤੱਕ 1 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਲੋਕਾਂ ਨਾਲ ਮਾਰ ਚੁੱਕੇ ਨੇ। ਇਹਨਾਂ ਦੋ ਗ੍ਰਿਫਤਾਰੀਆਂ ਨਾਲ ਇਸ ਗੈਂਗ ਦੇ ਕੁੱਲ 18 ਵਿਅਕਤੀਆਂ ਦੀ ਗ੍ਰਿਫਤਾਰੀ ਹੁਣ ਤੱਕ ਹੋ ਸਕਦੀ ਹੈ। ਇਹਨਾਂ ਦੀ ਠੱਗੀ ਦਾ ਸ਼ਿਕਾਰ ਇੱਕ ਨੌਜਵਾਨ ਬਲੌਂਗੀ ਪਿੰਡ ਦਾ ਸਾਗਰ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਇਸ ਨੇ 12,000 ਰੁਪਏ ਵਿੱਚ ਮੋਬਾਈਲ ਖਰੀਦਣ ਲਈ ਪੇਟੀਐਮ ਤੇ ਪੇਮੈਂਟ ਕੀਤੀ ਸੀ, ਪਰੰਤੂ ਜਦੋਂ ਉਸਨੂੰ ਮੋਬਾਈਲ ਨਾ ਮਿਲਿਆ ਤਾਂ ਉਸਨੇ ਡਿਪਰੈਸ਼ਨ ਵਿੱਚ ਆ ਕੇ ਖੁਦਕੁਸ਼ੀ ਕਰ ਲਈ। ਇੱਕ ਪਹਿਲੇ ਓਐਲਐਕਸ ਸੁਸਾਈਡ ਕੇਸ ਥਾ, ਜਿਸਮੇ ਇੱਕ 156 ਨੰਬਰ ਐਫਆਈਆਰ ਹੋਈ ਥੀ ਪੁਲਿਸ ਸਟੇਸ਼ਨ ਬਲੌਂਗੀ ਮੇ। ਉਸਮੇ ਕਿਹਾ ਥਾ ਕਿ ਇੱਕ ਲੜਕੇ ਨੇ ਮੋਬਾਈਲ ਓਐਲਐਕਸ ਐਪ ਪੇ ਦੇਖਾ ਥਾ, ਖਰੀਦਨੇ ਕੇ ਲੀਏ ਉਸਨੇ ਪੇਟੀਐਮ ਕੇ ਥਰੂ ਪੇਮੈਂਟ ਕਰੀ ਥੀ 19,000 ਰੁਪਏ ਕੇ ਅਰਾਊਂਡ। ਲੇਕਿਨ 2-3 ਦਿਨ ਬਾਅਦ ਨਾ ਤੋ ਉਸਕੋ ਫੋਨ ਮਿਲਾ ਔਰ ਨਾ ਹੀ ਜਬ ਉਨ੍ਹੋਂਨੇ ਜਿਨ ਬੰਦੋਂ ਨੇ ਉਸਕੋ ਸੇਲ ਕਰੀ ਥੀ ਉਨਕੋ ਕੰਟੈਕਟ ਕੀਆ, ਤੋ ਨਾ ਉਨ੍ਹੋਂਨੇ ਉਸਕੋ ਮੋਬਾਈਲ ਦੀਆ ਨਾ ਉਸਕੇ ਪੈਸੇ ਵਾਪਸ ਕੀਏ। ਉਹ ਕਾਫੀ ਗਰੀਬ ਪਰਿਵਾਰ ਸੇ ਥਾ, ਉਸਨੇ ਕੁਛ ਲੋਨ ਲੈ ਕੇ ਯੇ ਪੈਸੇ ਪੇ ਕਰੇ ਥੇ, ਉਸਕੇ ਫਾਦਰ ਵੀ ਬੈਡ ਰਿਡਨ ਥੇ, ਤੋ ਉਸਸੇ ਬਹੁਤ ਵੋ ਡਿਪਰੈਸ਼ਨ ਮੇ ਚਲਾ ਗਿਆ ਐਂਡ ਹੀ ਕਮਿਟਿਡ ਸੁਸਾਈਡ। ਉਸ ਸੁਸਾਈਡ ਕੇ ਬਾਅਦ ਇਸਮੇ ਐਫਆਈਆਰ ਹੋਈ ਥੀ। ਉਸ ਐਫਆਈਆਰ ਮੇ ਆਜ ਦੋ ਹਮਨੇ ਜੋ ਹੈ ਬੰਦੇ ਅਰੈਸਟ ਕੀਏ ਹੈ, ਜਿਨਕਾ ਨਾਮ ਇੱਕ ਕਾ ਨਾਮ ਆਲਮ ਹੈ ਔਰ ਇੱਕ ਫਕਰੂਦੀਨ ਹੈ। ਦੋਨੋਂ ਕੋ ਯੂਪੀ ਸੇ ਮੋਹਾਲੀ ਕੀ ਸਾਈਬਰ ਕ੍ਰਾਈਮ ਟੀਮ ਨੇ ਅਰੈਸਟ ਕੀਆ ਹੈ। ਉਨਕੇ ਮੋਬਾਈਲ ਵਗੈਰਾ ਜਿਸਸੇ ਵੋ ਓਐਲਐਕਸ ਪੇ ਜੋ ਸੇਲ ਕਰਤੇ ਥੇ ਯਾ ਬਾਤੇ ਕਰਤੇ ਥੇ, ਉਨਕੋ ਅਰੈਸਟ ਕੀਆ ਗਿਆ ਹੈ। ਦੂਸਰਾ ਇਸਮੇ ਇੱਕ ਪਹਿਲੇ ਵੀ ਇੱਕ ਕੇਸ ਹੈ, 476 ਨੰਬਰ ਐਫਆਈਆਰ ਹੈ ਪੁਲਿਸ ਸਟੇਸ਼ਨ ਜ਼ੀਰਕਪੁਰ ਕੀ, ਜਿਸਮੇ 16 ਬੰਦੇ ਪਹਿਲੇ ਅਰੈਸਟ ਕਰ ਲੀਏ ਗਏ ਥੇ, ਲੇਕਿਨ ਵੋ ਅਭੀ ਵੀ ਗਰੁੱਪ ਕਾਮ ਕਰ ਰਹਾ ਥਾ। ਉਨਕੇ ਦੋ ਜੋ ਮੇਨ ਕਿੰਗ ਪਿਨ ਥੇ ਬਚੇ ਹੋਏ, ਉਨਕੋ ਕੱਲ ਅਰੈਸਟ ਕਰਨੇ ਮੇ ਕਾਮਯਾਬੀ ਮਿਲੀ ਹੈ, ਜਿਨਕਾ ਅਸਲੀ ਨਾਮ ਹਿਮਾਂਸ਼ੂ ਔਰ ਵਿਕਰਮ ਹੈ, ਲੇਕਿਨ ਇਹ ਆਪਣੇ ਸੂਡੋ ਨੇਮਸ ਵਿਲਾਸ ਗੁਪਤਾ ਔਰ ਲਕਸ਼ਮੀ ਪ੍ਰਸਾਦ ਕੇ ਨਾਮ ਸੇ ਕਾਮ ਕਰਤੇ ਥੇ। ਇਹ ਲੋਕ LIC ਕਾ ਇੱਕ ਡਾਟਾ ਥਾ ਇਨਕੇ ਪਾਸ, ਜੋ ਇਹ ਲੋਗੋਂ ਕੋ ਫੋਨ ਕਰਤੇ ਥੇ ਕਿ ਆਪਕੀ LIC ਮੈਚੋਰ ਹੋਣੇ ਵਾਲੀ ਹੈ ਜਾਂ ਰਿਨਿਊਅਲ ਹੋਣੇ ਵਾਲੀ ਹੈ, ਜਾਂ ਆਪਕੋ ਕੁਛ ਬੇਸਿਕ ਬੋਨਸ ਪੁਆਇੰਟਸ ਮਿਲੇ ਹੈ, ਉਸਕੇ ਲੀਏ ਇਹ ਅਕਾਊਂਟ ਸੇ ਪੈਸੇ ਟ੍ਰਾਂਸਫਰ ਕਰਕੇ ਉਨਸੇ ਫਰੌਡ ਕਰਤੇ ਥੇ। ਇਸਮੇ ਮੁਕੱਦਮੇ ਮੇਂ ਅਭੀ ਤੱਕ 18 ਅਰੈਸਟ ਹੋ ਚੁੱਕੀ ਹੈ ਟੋਟਲ। 37.5 ਲੱਖ ਰੁਪਏ ਕੈਸ਼, ਇੱਕ ਫਾਰਚੂਨਰ ਗਾੜੀ, 19 ਮੋਬਾਈਲ ਫੋਨ ਰਿਕਵਰ ਹੋਏ ਹੈ। ਉਸਕੇ ਸਿਵਾ 7 ਅਕਾਊਂਟ ਫਰੀਜ਼ ਕੀਏ ਗਏ ਹੈ, ਜਿਨਮੇ ਆਲ ਟੋਟਲ ਲਗਭਗ 1 ਕਰੋੜ ਰੁਪਏ ਕੇ ਆਸ ਪਾਸ ਪੈਸੇ ਪੜੇ। ਯੇ LIC ਕਾ ਇਨਕੇ ਪਾਸ ਡਾਟਾ ਥਾ, ਤੋ ਯੇ ਫੋਨ ਕਰਕੇ ਉਨਕੋ LIC ਸੇ ਯੇ ਬੋਲਤੇ ਥੇ ਕਿ ਮੈਂ LIC ਸੇ ਬੋਲ ਰਹਾ ਹੂੰ, ਔਰ ਉਨਕੋ ਉਨਕਾ ਕੁਛ ਪੂਰਾ ਇਨਫਾਰਮੇਸ਼ਨ ਦੇ ਕੇ, ਤੋ ਜਿਸਸੇ ਕਿ ਉਸ ਆਦਮੀ ਕੋ ਲਗਤਾ ਥਾ ਕਿ ਯੇ ਔਥੈਂਟਿਕ ਕਾਲ ਹੈ। ਉਸਕੇ ਬਾਅਦ ਵੋ ਆਪਣੀ ਇਨਸੇ ਡਾਟਾ ਸ਼ੇਅਰ ਕਰਤੇ ਥੇ, ਯੇ ਉਨਕੋ ਬੋਲਤੇ ਥੇ ਕਿ ਆਪਕੀ ਪਾਲਿਸੀ ਮੈਚੋਰ ਹੋਣੇ ਵਾਲੀ ਹੈ, ਯਾ ਆਪ ਜੋ ਹੈ ਆਪਕੋ ਕੁਛ ਬੇਸਿਕ ਬੋਨਸ ਪੁਆਇੰਟਸ ਮਿਲੇ ਹੈ ਔਰ ਯਾ ਰਿਨਿਊਅਲ ਕਰਨੇ ਕੇ ਲੀਏ, ਵੈਸੇ ਉਨਕੀ ਇਨਫਾਰਮੇਸ਼ਨ ਗੈਦਰ ਕਰਕੇ ਉਨਕੇ ਅਕਾਊਂਟ ਸੇ ਪੈਸੇ ਜੋ ਥੇ ਯੇ ਫਰੌਡ ਕਰਕੇ ਵਿਡਰਾਅ ਕਰ। ਜ਼ਿਆਦਾ ਜੋ ਰਿਟਾਇਰ ਹੋਤੇ ਥੇ ਉਨਹੀ ਕੋ ਨਿਸ਼ਾਨਾ ਬਣਾਤੇ ਥੇ, ਕਿਉਂਕਿ ਬਜ਼ੁਰਗ ਲੈਂਡਲਾਈਨ ਵਾਲੇ ਜ਼ਿਆਦਾ ਇਸਮੇ ਰਿਟਾਇਰ ਵੀ ਹੈ, ਉਨ ਲੋਗੋਂ ਕੋ ਐਸਾ ਲਗਤਾ ਹੈ ਕਿ ਹਮ ਆਫਿਸ ਮੇ ਜਾਏਂਗੇ, ਟਾਈਮ ਲਗੇ ਤੋ ਫੋਨ ਪੇ ਕਾਮ ਹੋ ਰਹਾ ਹੈ, ਜਲਦੀ ਕਰਵਾ ਲੇ, ਤੋ ਇਸ ਵਜ੍ਹਾ ਸੇ ਯੇ ਲੋਗ ਜ਼ਿਆਦਾ ਥੇ, ਬਟ ਸਾਰਾ ਅਕਰੋਸ ਦਾ ਸਪੈਕਟਰਮ ਹੈ, ਐਸਾ ਕੋਈ ਏਜ ਪਾਰਟਿਕੂਲਰਲੀ ਉਹ ਏਜ ਨਹੀਂ ਹੈ ਕਿ। ਓਐਲਐਕਸ ਕਾ ਕਿਆ ਕਨੈਕਸ਼ਨ? ਓਐਲਐਕਸ ਕਾ ਦੂਸਰਾ ਕੇਸ ਹੈ ਜੋ ਸੁਸਾਈਡ ਵਾਲਾ ਹੈ, ਉਹ ਦੂਸਰਾ ਕੇਸ ਹੈ, ਯੇ LIC ਵਾਲਾ ਦੂਸਰਾ ਕੇਸ ਹੈ। ਦੋ ਕੇਸਿਸ ਮੇਂ ਅਰੈਸਟ ਹੋਈ ਹੈ। ਸਰ ਜੈਸੇ ਆਪਨੇ ਬਤਾਇਆ ਕਿ ਪੂਰੇ ਕਾ ਪੂਰਾ ਗਾਉਂ ਇਸ ਧੰਦੇ ਮੇਂ ਜੁਟਾ ਹੋਇਆ ਹੈ, ਜੋ ਗਾਉਂ ਬਤਾਇਆ ਜਾ ਰਿਹਾ ਹੈ, ਕਿਉਂਕਿ ਲੜਕੇ ਯੁਵਾ ਹੈ ਜੋ ਕਮ ਉਮਰ ਕੇ ਹੈ, ਕਮ ਪੜੇ ਲਿਖੇ ਹੈ, ਕਿਆ ਉਨਕੇ ਬਾਰੇ ਕੁਛ ਬਤਾਇਆ? ਜੋ ਕਮ ਪੜੇ ਲਿਖੇ ਹੈ ਤੋ ਉਨਕੋ ਲਗਤਾ ਹੈ ਕਿ ਯੇ ਇੱਕ ਆਸਾਨ ਤਰੀਕਾ ਹੈ, ਜੈਸੇ ਕਿ ਪੜੇਂਗੇ ਮਿਹਨਤ ਕਰੇਂਗੇ ਤੋ ਪੈਸੇ ਕਮਾਏਂਗੇ। ਅਬ ਉਨਕੋ ਲਗਤਾ ਹੈ ਆਸਾਨ ਤਰੀਕਾ ਹੈ, ਲੋਗੋਂ ਕੋ ਦਿਨ ਮੇਂ ਬੈਠੇ 20 ਲੋਗੋਂ ਕੋ ਫੋਨ ਕੀਆ, ਅਗਰ ਦੋ ਲੋਗ ਵੀ ਉਨਕੇ ਜਾਂਸੇ ਮੇਂ ਆ ਗਏ, ਇੱਕ ਵੀ ਆ ਗਿਆ ਲੈਟ ਸੇ, ਤੋ ਉਨਕੋ ਅੱਛਾ ਹੈ, ਇਨਸੇ ਫਰੌਡ ਕਰਕੇ ਇੱਕਦਮ ਈਜ਼ੀ ਮਨੀ ਹੈ, ਜੈਸੇ ਆਪ ਯੇ ਸਮਝ ਲੀਜੀਏ, ਆਸਾਨੀ ਸੇ ਪੈਸਾ ਮਿਲ ਰਹਾ ਹੈ। ਪੂਰੇ ਕਾ ਪੂਰੇ ਹਬਸ ਹੈ, ਜੈਸੇ ਝਾਰਖੰਡ ਮੇਂ ਹੈ, ਯੂਪੀ ਮੇਂ ਹੈ, ਜਮਤਾਰਾ ਹੈ ਝਾਰਖੰਡ ਮੇਂ ਹੈ, ਯੂਪੀ ਮੇਂ ਹੈ, ਐਸੇ ਹਬਸ ਹੈ ਜਹਾਂ ਪੇ ਸਭ ਲੋਗ ਐਸੇ ਲਗੇ ਹੋਏ ਹੈ, ਕਿਉਂਕਿ ਉਨਕੋ ਡਾਟਾ ਵੀ ਇੱਕ ਜਗ੍ਹਾ ਪੇ ਮਿਲ ਜਾਤਾ ਹੈ, ਜਿਸਕੋ ਫੋਨ ਕਰਨਾ ਔਰ ਇੱਕ ਸਾਥ ਹੋ ਕੇ ਯੇ ਲੋਗ ਉਨਕੋ ਫਰੌਡ ਕਰਦੇ। ਸਰ ਜੋ ਪੇਮੈਂਟ ਜਾਤੀ ਥੀ ਇਨਕੇ ਅਕਾਊਂਟ ਮੇਂ, ਵੋ ਕੈਸੇ ਪੇਟੀਐਮ ਵਗੈਰਾ? ਪੇਟੀਐਮ ਵਗੈਰਾ ਮੇਂ ਚਲੀ ਜਾਤੀ ਹੈ ਨਾ, ਇਨਕੇ ਅਕਾਊਂਟ ਮੇਂ ਚਲੀ ਗਈ, ਯੇ ਫਿਰ ਆਗੇ ਭੇਜ ਦੇਤੇ ਹੈ ਕਿਸੇ ਤੋਂ। ਐਡਵਾਈਸਰੀ ਆਪ ਜਾ ਕਹਿਣਾ ਚਾਹੀਦਾ? ਐਡਵਾਈਸਰੀ ਇਹੀ ਹੈ ਜੀ ਕਿ ਆਪਕੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ,
तो आप जो है अपने पैसे की खुद आप रखवाली करें, और मतलब जो ऐसे साइबर क्राइम हो रहा है, फोन आ रहे हैं, उनको सीरियसली ना लें। आपका जो भी बैंक का काम है कुछ है, तो वो वहां जाके करें। मोहाली तो सतिंदर सत्ती की रिपोर्ट, पंजाबी टीवी।